ਉਹ ਭਾਵਨਾਵਾਂ ਦੀ ਗੱਲ ਆਉਂਦੀ ਹੈ ਕਿ ਵੇਖੋ ਸਾਡੀਆਂ ਭਾਵਨਾਵਾਂ ਪੜਕੀਆਂ ਨੇ ਜਦੋਂ ਅਸੀਂ ਭਾਵਨਾਵਾਂ ਦੀ ਗੱਲ ਕਰਦੇ ਹਾਂ ਤੇ ਜਿਹੜਾ ਵੀ ਬੰਦਾ ਜਿਸ ਧਿਰ ਨਾਲ ਜਿਸ ਜਗ੍ਹਾ ਤੇ ਉਹਦੀ ਆਸਤਾ ਬਣੀ ਹੁੰਦੀ ਹੈ ਜਦੋਂ ਟੁੱਟਦੀ ਹੈ ਤਾਂ ਉਹ ਬੜਾ ਤਰਲੋਮਸ਼ੀ ਹੁੰਦਾ ਹੈ ਬੜਾ ਤੜਫਦਾ ਹੈ ਜੇ ਅਸੀਂ ਭਾਵਨਾਵਾਂ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਐਸੀਆਂ ਨੇ ਜਿੱਥੇ ਸ਼ਰਾਬਾਂ ਚੜ੍ਹਦੀਆਂ ਨੇ ਸ਼ਰਾਬਾਂ ਚੜਾਉਣ ਵਾਲਿਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਉਹ ਕਹਿੰਦੇ ਵੇਖੋ ਜੀ ਸਾਡੀ ਭਾਵਨਾ ਸੀ ਨਸ਼ਾ ਚੜਾਉਣਾ ਹੈ ਜਿਹਦੇ ਉਹਨਾਂ ਨੂੰ ਰੋਕਣ ਜਾਂਦੇ ਨੇ ਇਹ ਦਾਰਥ ਉਹਨਾਂ ਦੀਆਂ ਭਾਵਨਾਵਾਂ ਤੋੜਦੇ ਨੇ ਸਿੱਖ ਰਹਿਤ ਮਰਦਾ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਦੀਆਂ ਮੁਠੀਆਂ ਭਰਨੀਆਂ ਮੁਠੀ ਚਾਪੀ ਕਰਨੀ ਜਾਂ ਪੀੜੇ ਥਲੇ ਪਾਣੀ ਰੱਖਣਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਮੂਰਤੀ ਦੀ ਸਥਾਪਨਾ ਕਰਨੀ ਕਿਸੇ ਫੋਟੋ ਗਾੜੀ ਮੱਥਾ ਟੇਕਣਾ ਇਹ ਮਨਮਤ ਹੈ ਹੁਣ ਜਦੋਂ ਪ੍ਰਚਾਰਕ ਇਹ ਗੱਲ ਕਰਦਾ ਜਿਹੜੇ ਇਹ ਕੰਮ ਕਰ ਰਹੇ ਹੁੰਦੇ ਨੇ ਜਾਂ ਜਿੰਨਾਂ ਡੇਰਿਆਂ 'ਚ ਮਨਮਤ ਹੋ ਰਹੀ ਹੁੰਦੀ ਹੈ ਉਹਨਾਂ ਨੂੰ ਬੜੀ ਸਮੱਸਿਆ ਖੜੀ ਹੁੰਦੀ ਜਿਹੜੇ ਉਹਨਾਂ ਡੇਰਿਆਂ ਨਾਲ ਜੁੜੇ ਹੁੰਦੇ ਬੰਦੇ ਨੇ ਉਹ ਬੜਾ ਪਿੱਟ ਸਿਆਪਾ ਪਾਉਂਦੇ ਨੇ ਵੇਖੋ ਜੀ ਇਹ ਇਦਾਂ ਕਰਤਾ ਸਾਡੀਆਂ ਭਾਵਨਾਵਾਂ 'ਵਾਂ ਪੜਕੀਆਂ ਨੇ ਇਹ ਭਾਵਨਾਵਾਂ ਜੇ ਤੁਹਾਡੀਆਂ ਪੜਕ ਸਕਦੀਆਂ ਨੇ ਤੇ ਭਾਵਨਾਵਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਇੱਕ ਅਕਾਲ ਦੀ ਪੂਜਾ ਕਰਨ ਵਾਲਿਆਂ ਦੀਆਂ ਵੀ ਪੜਕ ਸਕਦੀਆਂ ਨੇ ਇਸ ਗੱਲ ਦਾ ਧਿਆਨ ਰੱਖਣਾ ਕਿਉਂਕਿ ਜਦੋਂ ਗੁਰੂ ਅੰਗਦ ਸਹਿਬ ਮਹਾਰਾਜ ਦੀ ਵਿਚਾਰਧਾਰਾ ਦੀ ਗੱਲ ਜਾਂਦੀ ਹੈ ਗੁਰੂ ਅੰਸਰ ਦੇ ਸਿਧਾਂਤ ਦੀ ਗੱਲ ਜਾਂਦੀ ਹੈ ਜਿੰਨਾ ਵੀ ਪ੍ਰਚਾਰਕਾਂ ਨੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਗੱਲ ਕੀਤੀ ਹੈ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਆਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਦੋਂ ਗੁਰਬਾਣੀ ਦੀ ਵਿਚਾਰ ਕੋਲ ਹੋਵੇ ਗੁਰਬਾਣੀ ਦਾ ਸਿਧਾਂਤ ਕੋਲ ਹੋਵੇ ਉਹ ਇਹੋ ਜਿਹੀਆਂ ਫੋਕੀਆਂ ਧਮਕੀਆਂ ਤੋਂ ਡਰਦੇ ਨਹੀਂ ਕਿਉਂਕਿ ਕਿਤੇ ਨਾ ਕਿਤੇ ਇਹੋ ਲੋਕ ਨੇ ਜਿਹੜੇ ਪਾਵੇਂ ਦੇਸ਼ ਵਿੱਚ ਬੈਠੇ ਨੇ ਪਾਵੇਂ ਵਿਦੇਸ਼ਾਂ ਵਿੱਚ ਬੈਠੇ ਨੇ ਉਹ ਕਦੀ ਵਿਰੋਧ ਕਰਨ ਆਉਂਦੇ ਨੇ ਕਦੀ ਸੋਸ਼ਲ ਮੀਡੀਆ ਤੇ ਗਾਲਾਂ ਕੱਢਦੇ ਨੇ ਜਦੋਂ ਸਾਰੇ ਹੀਲੇ ਮੁੱਕ ਜਾਣ ਤੇ ਫਿਰ ਏਦਾਂ ਦੀਆਂ ਕੁਝੀਆਂ ਹਰਕਤਾਂ ਕਰਦੇ ਨੇ ਸਿਰਫ ਇੱਕੋ ਕੰਮ ਕਰਕੇ ਵੀ ਕਿਤੇ ਨਾ ਕਿਤੇ ਪ੍ਰਚਾਰਕਾਂ ਦਾ ਮਨੋਬਲ ਡੇਗਿਆ ਜਾਏ ਵੀ ਇੱਕ ਅਦੇ ਪ੍ਰਚਾਰਕ ਨੂੰ ਏਦਾਂ ਤੁਸੀਂ ਕਾਨੂੰਨੀ ਤੌਰ ਤੇ ਉਹਦੇ ਤੇ ਧਾਰਾ ਲਾ ਦਿਓਗੇ ਤੇ ਬਾਕੀ ਪਿੱਛੇ ਆਉਣ ਵਾਲੇ ਪ੍ਰਚਾਰਕਾਂ ਦਾ ਮਨੋਬਲ ਡਿੱਗ ਪਵੇਗਾ ਐਸਾ ਕਦੀ ਨਹੀਂ ਹੋਏਗਾ ਇਹ ਗੱਲ ਅਸੀਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੇ ਇਹਨਾਂ ਪਖੰਡੀਆਂ ਨਾਲ ਜੁੜੇ ਹੋਏ ਨੇ ਜਿਹੜੇ ਇਹਨਾਂ ਪਖੰਡੀਆਂ ਦੇ ਡੇਰਿਆਂ ਤੇ ਜਾਂਦੇ ਨੇ ਉਹ ਕੋਈ ਵੀ ਹੋ ਸਕਦਾ ਹੈ ਯਾਦ ਰੱਖਣਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੀ ਗੱਲ ਕਰਨ ਵਾਲਾ ਪ੍ਰਚਾਰਕ ਸਿਧਾਂਤ ਤੇ ਪਹਿਰਾ ਦੇਣ ਵਾਲਾ ਪ੍ਰਚਾਰਕ ਗੁਰਬਾਣੀ ਦੀ ਵਿਚਾਰਧਾਰਾ ਨੂੰ ਲੈ ਕੇ ਤੁਰਨ ਵਾਲਾ ਪ੍ਰਚਾਰਕ ਇਦਾਂ ਦੀਆਂ ਫੋਕੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਉਹ ਗੁਰੂ ਦੀ ਗੱਲ ਕਰਦਾ ਹੈ ਤੇ ਕਰਦਾ ਰਹੇਗਾ ਦਦਾਂਸ਼ੀ ਗੁਰਬਾਣੀ ਨੂੰ ਵੇਖਦੇ ਆ ਬਹੁਤ ਚੀਜ਼ਾਂ ਨੇ ਜਿਹੜੀ ਆਪਾਂ ਭਾਵਨਾਵਾਂ ਦੀ ਗੱਲ ਕਰਦੇ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਵੀ ਸਿੱਖ ਰਹਿਤ ਮਰਿਆਦਾ ਵੀ ਤਾਂ ਇਹ ਵੀ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਵਾਕਰ ਉੱਥੇ ਸ਼ਬਦ ਲਿਖਿਆ ਵਾਕਰ ਗੁਰੂ ਗ੍ਰੰਥ ਸਾਹਿਬ ਦੇ ਵਾਕਰ ਤੁਲ ਉੱਥੇ ਵਾਕਰ ਨਾਲ ਬਰੈਕਟ ਵਿੱਚ ਪਾਇਆ ਤੁਲ ਕਿਸੇ ਪੁਸਤਕ ਨੂੰ ਸਥਾਪਨ ਨਹੀਂ ਕਰਨਾ ਕਿਸੇ ਹੋਰ ਗ੍ਰੰਥਾ ਪ੍ਰਕਾਸ਼ ਨਹੀਂ ਕਰਨਾ ਤੇ ਜਿਹੜੇ ਡੇਰਿਆਂ ਵਿੱਚ ਇੱਕ ਨਹੀਂ ਕਈ ਕਈ ਸੂਪ ਰੱਖ ਕੇ ਇਕੋਤਰੀਆਂ ਤੇ ਸੰਪਟ ਲਾਏ ਜਾ ਰਹੇ ਨੇ ਕੀ ਉਹ ਫਿਰ ਉਹਨਾਂ ਦੀਆਂ ਭਾਵਨਾਵਾਂ ਪੜਕਦੀਆਂ ਨਹੀਂ ਜਿਹੜੇ ਮੂੰਹ ਬੰਨ ਬੰਨ ਕੇ ਪਾਠ ਕੀਤੇ ਜਾ ਰਹੇ ਨੇ ਇੱਕ ਇੱਕ ਨਹੀਂ ਕਈ ਕਈ ਸੰਪਟ ਪਾਠ ਤੇ ਇਕੋਤਰੀਆਂ ਕੀਤੀਆਂ ਜਾ ਰਹੀਆਂ ਨੇ ਫਿਰ ਸੰਪਟ ਪਾਠਾਂ ਦੇ ਨਾਂ ਤੇ ਸਭ ਤੋਂ ਵੱਡੀ ਲੁੱਟ ਹੁੰਦੀ ਹੈ ਗੁਰਬਾਣੀ ਸਿੱਖ ਨੇ ਖੁਦ ਪੜ੍ਹ ਕੇ ਤੇ ਵਿਚਾਰਨੀ ਸੀ ਕਿਤੇ ਨਾ ਕਿਤੇ ਜਦੋਂ ਅਸੀਂ ਇਸ ਤਰੀਕੇ ਨਾਲ ਵੇਖਦੇ ਆ ਹੁਣ ਜੇ ਆ ਦਿੱਲੀ ਦੀ ਗੱਲ ਕਰੀਏ ਤੇ ਉਹ ਸਿੱਖ ਸੰਗਤ ਜਾਗੀ ਹੈ ਤੇ ਉਹ ਉਹਨਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਉਹਨਾਂ ਗ੍ਰੰਥਾਂ ਦੀ ਵਿਆਖਿਆ ਸ਼ੁਰੂ ਕਰਨੀ ਕਿ ਇਹ ਸਿੱਧਾ ਚੈਲੰਜ ਨਹੀਂ ਹੈ ਗੁਰੂ ਦੇ ਸਿਧਾਂਤ ਨੂੰ ਉਸ ਗੁਰੂ ਦੀ ਵਿਚਾਰਧਾਰਾ ਨੂੰ ਚੈਲੰਜ ਨਹੀਂ ਹੈ ਇਹਦਾ ਅਰਥ ਇਹਨਾਂ ਲੋਕਾਂ ਦੀ ਉਹਦੋਂ ਭਾਵਨਾਵਾਂ ਕਿੱਥੇ ਜਾਂਦੀਆਂ ਨੇ ਕਿਤੇ ਨਾ ਕਿਤੇ ਇਹ ਲੋਕ ਉਹ ਨੇ ਮਾਫ ਕਰਨਾ ਮੈਂ ਸਿੱਧੇ ਰੂਪ ਚ ਕਹਾਂ ਇਹਨਾਂ ਦਾ ਗੁਰਬਾਣੀ ਨਾਲ ਕੋਈ ਮਤਲਬ ਨਹੀਂ ਇੱਕ ਅਕਾਲ ਦੀ ਪੂਜਾ ਨਾਲ ਕੋਈ ਮਤਲਬ ਨਹੀਂ ਜਿਹਨਾਂ ਬੰਦਿਆਂ ਨੇ ਸਾਰੀ ਜ਼ਿੰਦਗੀ ਫੋਟੋਆਂ ਅੱਗੇ ਮੱਥੇ ਟੇਕੇ ਹੋਣ ਥੜਿਆਂ ਦੀਆਂ ਪ੍ਰਕਰਮਾ ਕੀਤੀਆਂ ਹੋਣ ਉਹਨਾਂ ਨੂੰ ਇਸ ਵਿਚਾਰਧਾਰਾ ਨਾਲ ਕੀ ਮਤਲਬ ਹੈ ਮੈਂ ਮੈਂ ਤਾਂ ਕਦੇ ਵੀ ਹੈਰਾਨ ਹੁੰਨਾ ਜਦੋਂ ਆ ਹੁਣੇ ਸ਼ਬਦ ਤੁਸੀਂ ਸੁਣ ਰਹੇ ਸੀ ਭਗਤ ਕਬੀਰ ਜੀ ਦਾ ਗੱਜ ਸਾਡੇ ਤੈਂ ਤੈਂ ਧੂਤੀਆਂ ਤੇਰੇ ਪੈਨ ਤਗ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਬਗ ਓਏ ਹਰ ਕੇ ਸੰਤ ਨਾਖੀਏ ਬਾਨਾਰਸ ਕੇ ਠਗ ਕੀ ਜਿਹੜੇ ਲੋਕ ਇਹ ਪਹਿਰਾਵਾ ਪਾਉਂਦੇ ਹੋਣਗੇ ਜਾਂ ਜਿਹੜੇ ਲੋਕ ਇਹਨਾਂ ਨਾਲ ਜੁੜੇ ਹੋਣਗੇ ਉਹ ਇੰਜ ਨਾ ਕਹਿੰਦੇ ਹੋਣਗੇ ਸਾਡੀ ਭਾਵਨਾਵਾਂ ਜੁੜੀ ਹੈ ਜੀ ਇਹ ਸ਼ਬਦ ਵਿੱਚੋਂ ਕੱਢ ਦਿਓ ਪਰ ਪ੍ਰਵਾਹ ਨਹੀਂ ਕੀਤਾ ਉਹ ਤੇ ਕਹਤਾ ਐਸੇ ਸੰਤਨ ਨੂੰ ਕੋ ਭਾਵੇਂ ਮੈਨੂੰ ਨਹੀਂ ਇਦਾਂ ਦੇ ਸੰਤ ਚੰਗੇ ਲੱਗਦੇ ਭਗਤ ਕਬੀਰ ਜੀ ਕਹਿੰਦੇ ਨੇ ਡਾਲਾ ਸਿਓ ਪੇਡਾ ਘਟਕਾਵੇਂ ਜਿਹੜੇ ਟਾਹਣੀਆਂ ਨੇ ਸਬੂਤਾ ਰੋਖ ਹੀ ਖਾ ਜਾਂਦੇ ਨੇ ਤੇ ਮਾਫ ਕਰਨਾ ਇਥੇ ਪੰਜਾਬ ਦੇ ਕਿੰਨੇ ਸੌ ਕੜ ਬਾਬਿਆਂ ਨੇ ਸਾਰਾ ਸਾਰਾ ਪਰਿਵਾਰ ਹੀ ਨਿਕਲ ਲਿਆ ਕੱਲੀਆਂ ਟਾਹਣੀਆਂ ਨਹੀਂ ਖਾਦੀਆਂ ਪਰਿਵਾਰ ਦਾ ਇੱਕ ਜੀ ਨਹੀਂ ਪੂਰਾ ਪੂਰਾ ਪਰਿਵਾਰ ਹੀ ਗਵਨ ਕਰ ਗਿਆ ਬਸ ਠੀਕ ਹੈ ਉਹ ਵਿਚਾਰੇ ਡਰ ਕਾਰਨ ਕਿਸੇ ਕਾਰਨ ਕਿਉਂਕਿ ਡਰ ਪਾਇਆ ਹੈ ਵੀ ਤੁਸੀਂ ਬੋਲਣਾ ਨਹੀਂ ਤੁਸੀਂ ਕੁਸਕਣਾ ਨਹੀਂ ਕਿਉਂਕਿ ਜਿੰਨੇ ਇਦਾਂ ਦੇ ਬਸਤਰ ਪਾਏ ਹੋਣ ਐ ਗੋਡਿਆਂ ਤੱਕ ਚੋੜਾ ਲੰਕਦਾ ਜਾਂਦਾ ਹੋਵੇ ਗਿੱਟਿਆਂ ਨਾਲ ਖਿੰਦਾ ਹੋਵੇ ਬਾਬਾ ਜੀ ਅੱਗੇ ਬੋਲਣਾ ਨਹੀਂ ਬਾਬਾ ਜੀ ਜੋ ਮਰਜ਼ੀ ਕਰੀ ਜਾਣ ਪਾਵੇਂ ਉਹ ਬਲਾਤਕਾਰ ਕਰਨ ਪਾਵੇਂ ਉਹ ਜਿੰਨਾ ਮਰਜ਼ੀ ਬੇਵਿਚਾਰ ਕਰਨ ਜਿੱਦਾਂ ਮਰਜ਼ੀ ਉਹ ਆਪਣੀ ਪੂਜਾ ਕਰਨ ਜਿੱਦਾਂ ਮਰਜ਼ੀ ਆਪਣੇ ਪੈਰਾਂ ਤੇ ਮੱਥੇ ਟਕਾਉਣ ਉਹਨਾਂ ਗਾੜੀ ਤੁਸੀਂ ਬੋਲਣਾ ਨਹੀਂ ਤੋਂ ਖੈਰ ਆਪਾਂ ਇਸ ਵਿਸ਼ੇ ਤੇ ਖੁੱਲ ਕੇ ਵਿਚਾਰ ਕਰਾਂਗੇ ਅੱਜ ਦਾ ਇਹ ਟੌਪਿਕ ਅੱਜ ਦਾ ਵਿਸ਼ਾ ਤੁਹਾਡੇ ਸਾਹਮਣੇ ਤਾਂ ਲੈ ਕੇ ਆਏ ਆ ਕਿਉਂਕਿ ਜਿਹੜੀ ਬਾਹਰ ਅਫਵਾਹ ਕੁਝ ਗੱਲਾਂ ਹੁੰਦੀਆਂ ਨੇ ਅਸਲੀਅਤ ਹੋਰ ਹੁੰਦੀ ਹੈ ਬਾਹਰ ਕੁਝ ਕਿਸੇ ਹੋਰ ਰੂਪ ਵਿੱਚ ਪੇਸ਼ ਕੀਤੀ ਜਾਂਦੀ ਹੈ ਕਿਉਂਕਿ ਕਾਫੀ ਦਿਨਾਂ ਤੋਂ ਸਾਡੇ ਜਿਹੜੇ ਵੀਰ ਦੇਸ਼ਾਂ ਵਿਦੇਸ਼ਾਂ ਵਿੱਚ ਨੇ ਉਹ ਸਾਨੂੰ ਫੋਨ ਵੀ ਕਰ ਰਹੇ ਸਨ ਜਿੰਨੇ ਸਾਡੇ ਸਾਰੇ ਟੀਮ ਦੇ ਵੀਰ ਨੇ ਉਹਨਾਂ ਨੂੰ ਫੋਨ ਆ ਰਹੇ ਸੀ ਵੀ ਕੀ ਸੱਚ ਕੀ ਇਹਦੇ ਵਿੱਚ 8259 ਦੇ ਪਰਚੇ ਬਾਰੇ ਗੱਲਾਂ ਬਾਤਾਂ ਹੋ ਰਹੀਆਂ ਨੇ ਇਹਦੇ ਵਿੱਚ ਅਸਲੀਅਤ ਕਿੰਨੀ ਹੈ ਅਸੀਂ ਵੇਟ ਕਰ ਰਹੇ ਸੀ ਅਸੀਂ ਕਹ ਖੋਜੋ ਟਰੰਪ ਥੋੜਾ ਧਿਆਨ ਰੱਖੋ ਅਸੀਂ ਇਹਨਾਂ ਨੂੰ ਪਿੱਟ ਸਿਆਪਾ ਕਰਨ ਵਾਲੇ ਨੇ ਅਸੀਂ ਕਿ ਤੀਜ ਰੱਖੋ ਪਿੱਛੇ ਤਾਂ ਬੜੀ ਧੀਰ ਦੇ ਪੈ ਸਨ ਪਤਾ ਸਾਰਿਆਂ ਨੂੰ ਵੀ ਕਿਹੜੇ ਲੋਕ ਨੇ ਅਸੀਂ ਕਿ ਵਕਤ ਆਏਗਾ ਸਭ ਕੁਝ ਦੱਸਾਂਗੇ ਤੁਹਾਨੂੰ